ਬਰਤਾਨਵੀ ਫੌਜੀ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਐਬੋਲਾ ਵਾਇਰਸ ਨੂੰ ਵਿਸ਼ਾਲ ਤਬਾਹੀ ਦਾ ਇੱਕ ਮਾਰੂ ਹਥਿਆਰ ਬਣਾ ਰਹੇ ਨੇ ਜੋ ਉਸ ਦੇ ਜੀਵ ਵਿਗਿਆਨਕ ਹਥਿਆਰਾਂ ਦੇ ਪ੍ਰੋਜੈਕਟ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਰੂਸ ਦੀ ਖੁਫੀਆ ਏਜੰਸੀ FSB ਦੀ ਯੂਨਿਟ 68240 ਇਹ ਪੂਰਾ ਪ੍ਰੋਗਰਾਮ ਚਲਾ ਰਹੀ ਹੈ ਜਿਸ ਦਾ ਕੋਡ ਨਾਮ ਟੋਲੇਡੋ ਦਿੱਤਾ ਗਿਆ ਹੈ। ਇਸ ਯੂਨਿਟ 'ਤੇ ਪੁਤਿਨ ਦੇ ਵਿਰੋਧੀਆਂ ਨੂੰ ਜ਼ਹਿਰ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਮਿਰਚਾ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਰੂਸ ਦੀ ਖੁਫੀਆ ਏਜੰਸੀ ਦੀ ਇਕਾਈ 68240 ਏਬੋਲਾ ਅਤੇ ਹੋਰ ਖਤਰਨਾਕ ਮਾਰਵਰਗ ਵਾਇਰਸ ਦੀ ਖੋਜ ਕਰ ਰਹੀ ਹੈ। ਇਹ ਵਾਇਰਸ ਭਿਆਨਕ ਪ੍ਰਕੋਪ ਫੈਲਾਉਂਦੇ ਨੇ ਅਤੇ ਇਨਫੈਕਸ਼ਨ ਹੋਣ 'ਤੇ ਮਨੁੱਖੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ। ਸਰੀਰ ਵਿੱਚ ਵੱਡੀ ਮਾਤਰਾ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਇੱਕ ਬ੍ਰਿਟਿਸ਼ ਫੌਜੀ ਖੁਫੀਆ ਅਧਿਕਾਰੀ ਅਨੁਸਾਰ ਰੂਸ ਇਹਨਾਂ ਵਾਇਰਸਾਂ ਦੀ ਖੋਜ ਵਿੱਚ ਅੱਗੇ ਵੱਧ ਚੁੱਕਾ ਹੈ ਅਤੇ ਟੋਲੇਡੋ ਪ੍ਰੋਜੈਕਟ ਤਹਿਤ ਹਥਿਆਰ ਬਣਾਉਣ ਵਿੱਚ ਲੱਗਾ ਹੋਇਆ। ਜੇਕਰ ਜੋ ਕਿ ਟੋਲੇਡੋ ਸਪੇਨ ਦਾ ਇੱਕ ਅਜਿਹਾ ਸ਼ਹਿਰ ਹੈ ਜੋ ਕਿ ਪਲੇਗ ਫੈਲਣ 'ਤੇ ਸ਼ਮਸ਼ਾਨ ਘਾਟ ਵਿੱਚ ਤਬਦੀਲ ਹੋ ਗਿਆ ਸੀ। ਇਹੀ ਨਹੀਂ, ਟੋਲੇਡੋ ਅਮਰੀਕਾ ਦੀ ਓਹੀਓ ਇੱਕ ਸ਼ਹਿਰ ਦਾ ਨਾਮ ਵੀ ਹੈ ਜਿਸ ਨੂੰ ਸਾਲ 1918 ਵਿੱਚ ਫਲੂ ਦੀ ਤਬਾਹੀ ਦਾ ਸਾਹਮਣਾ ਕਰਨਾ ਪਿਆ। ਰਿਪੋਰਟ ਦੇ ਅਨੁਸਾਰ ਰੂਸ ਏਬੋਲਾ ਅਤੇ ਮਾਰਵਰਗ ਵਾਇਰਸ ਦੀ ਘਾਤਕ ਸੰਭਾਵਨਾ ਬਾਰੇ ਇੱਕ ਹਥਿਆਰ ਵਜੋਂ ਖੋਜ ਕਰ ਰਿਹਾ ਹੈ। ਸਰੋਤ ਨੇ ਕਿਹਾ ਹੈ ਕਿ ਮਾਰਵਰਗ ਇੱਕ ਵਾਇਰਸ ਹੈ ਜੋ ਲਾਗ ਲੱਗਣ 'ਤੇ 88% ਲੋਕਾਂ ਦੀ ਮੌਤ ਹੋ ਜਾਂਦੀ ਹੈ।